ਤੇ ਮੂੰਹ ਪੈ ਤੇ ਥੋੜ੍ਹਾ ਥੋੜ੍ਹਾ ਉੱਪਰੋਂ ਪਾ ਕੇ ਖਾ ਲਿਆ ਕਰੋ ਉਹਦੇ 'ਚ ਗਰਮ ਗਰਮ ਚੀਜ਼ ਵਾਰੀ ਵਾਰੀ ਮੰਨ ਲਓ ਦੋ ਦਿਨ ਉਹ ਖਾ ਲਿਆ, ਦੋ ਦਿਨ ਉਹ ਖਾ ਲਿਆ, ਦੋ ਦਿਨ ਉਹ ਖਾ ਲਿਆ, ਜਾਂ ਹਫ਼ਤੇ ਹਫ਼ਤੇ ਦਾ ਸਾਈਕਲ ਬਣਾ ਲਓ ਸੋ ਬਦਲ ਬਦਲ ਕੇ ਖਾ ਲਓ। ਗੁੱਡ ਆਇਲ ਜਿਹਨੇ ਉਹ ਬੋਡੀ ਨੂੰ ਰਿਕਵਰ ਕਰਨ 'ਚ ਹੈਲਪ ਕਰਦਾ। ਜੇ ਕੱਚੇ ਖਾ ਸਕੇ ਬਹੁਤ ਵਧੀਆ ਗੱਲ ਹੈ, ਜੇ ਹੀਟ ਕਰਨ ਦੀ ਮਜਬੂਰੀ ਹੋਵੇ ਤਾਂ ਸਿੰਗਲ ਈਟਿੰਗ, ਸਿੰਗਲ ਈਟਿੰਗ ਹੋਵੇ, ਮਲਟੀਪਲ ਈਟਿੰਗ ਨਾ ਹੋਵੇ, ਮਲਟੀਪਲ ਈਟਿੰਗ ਫਿਰ ਖਰਾਬ ਹੋਵੇ। ਇਸੇ ਮਲਟੀਪਲ ਈਟਿੰਗ ਅਵਾਇਡ ਕਰਨ ਲਈ ਆਪਾਂ ਨੂੰ ਫਰਿੱਜ 'ਚ ਰੱਖੀ ਚੀਜ਼ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਖਾਓ। ਉਸ ਚੀਜ਼ ਉੱਨੀ ਕੀ ਬਣਾਓ ਜਿੰਨੀ ਕੁ ਤਾਜ਼ੀ ਖਾਈ ਜਾ ਸਕਦੀ ਹੈ, ਜਾਂ ਵੱਧ ਤੋਂ ਵੱਧ ਫਰਿੱਜ 'ਚ ਬਾਹਰ ਪਈ ਤਿੰਨ ਦੋ ਤਿੰਨ ਚਾਰ ਘੰਟੇ ਖਾਈ ਜਾ ਸਕਦੀ ਹੈ। ਥੋੜ੍ਹੀ ਤਿੰਨ ਤਿੰਨ ਚਾਰ ਚਾਰ ਦਿਨ ਰੱਖਣ ਵਾਲਾ ਕੰਮ ਹੈ ਅਤੇ ਵਾਰ ਵਾਰ ਹੀਟ ਕਰਕੇ ਖਾਈ ਜਾਣ ਵਾਲਾ ਕੰਮ ਹੈ, ਉਹ ਗਲਤ ਹੈ, ਉਹ ਅਵਾਇਡ ਕਰਨਾ ਚਾਹੀਦਾ। ਬਣਾਉਣ ਦਾ ਕੁਕਿੰਗ ਦਾ ਸਟਾਈਲ ਬਦਲ ਲਓ ਤਾਂ ਕਿ ਕੁਕਿੰਗ ਸੌਖੀ ਹੋ ਜਾਵੇ, ਲੇਕਿਨ ਉਹ ਵਾਰ 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 ਗਰਮ ਨਾ ਕਰਨਾ ਪਵੇ ਫਰਿੱਜ 'ਚ ਰੱਖ ਕੇ। ਹਾਂ ਹੁਣ ਦੇਖੋ ਆਪਾਂ ਆਪਾਂ ਨੂੰ ਇੱਕ ਤਾਂ ਪਤਾ ਹੈ ਵੀ ਉਹ ਫੂਡ ਦਾ ਉਹ ਸਵਾਦ ਨਹੀਂ ਰਹਿੰਦਾ, ਸਾਰਾ ਬੜਾ ਰੋਜ਼ ਰੋਜ਼ ਤਾਜ਼ੀ ਬਣੀ ਹੁੰਦੀ ਹੈ, ਬਹੁਤ ਸਵਾਦ ਹੁੰਦੀ ਹੈ, ਜਿਵੇਂ ਜਿਵੇਂ ਆਪਾਂ ਉਹ ਵਹੀ ਹੋ ਜਾਂਦੀ ਹੈ ਤਾਂ ਉਹ ਸਵਾਦ ਘੱਟ ਜਾਂਦਾ, ਬਦਲ ਜਾਂਦਾ, ਲੇਕਿਨ ਉਹਦੇ ਗੁੜ ਵੀ ਬਦਲ ਜਾਂਦੇ। ਫਿਰ ਹੋ ਗਈ ਮੋਟੀ ਮੋਟੀ ਫੈਟਸ ਦੀ ਗੱਲ, ਫੈਟਸ ਪ੍ਰਤੀ ਕੋਈ ਤੁਹਾਡੇ ਮਨ 'ਚ ਕੋਈ ਸਵਾਲ ਹੈ, ਤੇਲਾਂ ਪ੍ਰਤੀ ਕੀ ਪਰੇ ਉਹਦੀ ਗਰਮੀ ਗੁਰਮੀ ਖਤਮ ਹੋ ਜਾਂਦੀ ਹੈ। ਦੂਜੀ ਗੱਲ ਉਹਦੀ ਮਾਤਰਾ ਥੋੜੀ ਘਟਾ ਦਿਓ, ਹੁਣ ਤਿਲਾਂ ਤਿਲਾਂ ਤੋਂ ਸਰਦੀਆਂ ਕਾਫੀ ਖੁੱਲਾ ਖਾ ਲੈਂਦੇ ਆ, ਉਹਨੂੰ ਘਟਾ ਦਿਓ। ਹੁਣ ਨਾਰੀਅਲ ਦਾ ਤੇਲ ਹੁਣ ਪਤਾ ਨੀ ਗਰਮ ਹੈ ਕਿ ਠੰਡਾ, ਇਹਦੇ ਬਾਰੇ ਕੀ ਕਹਿੰਦੇ ਆ ਸੀਮਿਤ ਮਾਤਰਾ ਚ ਕੋਈ ਵੀ ਚੀਜ਼ ਨੂੰ ਗਰਮ ਕਹਿੰਦੇ ਆਪਾਂ, ਉਹ ਸਿਰਫ ਗਰਮੀਆਂ ਚ ਵੀ ਖਾਈ ਜਾ ਸਕਦੀ, ਮਾਤਰਾ ਘਟਾਈ ਜਾ ਸਕਦੀ ਹੈ। ਦੂਜੀ ਗੱਲ ਆਪਣਾ 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 ਉਹ ਵਰਤੋ ਜਿਹਨੂੰ ਕਹਿੰਦੇ ਆ ਸਰੀਰ ਦੀ ਭਾਸ਼ਾ, ਖਾ ਕੇ ਦੇਖੋ ਫਿਰ ਦੇਖੋ ਕਿ ਤੁਹਾਡਾ ਸਰੀਰ ਕੀ ਆਵਾਜ਼ ਦਿੰਦਾ, ਜੇ ਤੁਹਾਡਾ ਸਰੀਰ ਆਵਾਜ਼ ਦਿੰਦਾ ਵੀ ਤਾਂ ਮੈਨੂੰ ਕੋਈ ਤਕਲੀਫ ਹੈ, ਫਿਰ ਬੰਨੋ ਨੂੰ ਠੀਕ ਸੁਣੀ ਸੁਣਾਈ ਗੱਲ 'ਤੇ ਨਾ ਜਾਓ। ਉਹ ਸੁਣੀ ਸੁਣਾਈ ਗੱਲ 'ਤੇ ਜਿਹੜੀ ਇਹ ਬਣੇ ਪਏ ਆ ਵੀ ਗਰਮ ਹੈ ਠੰਡਾ ਹੈ ਵਾਈ ਵਰਦੀ ਹੈ, ਉਹ ਬਹੁਤ ਪੁਰਾਣੇ ਬਣੇ ਹੋਏ ਆ, ਉਹਦੇ ਭੋਜਨ ਵੀ ਹੋਰ ਸੀਗੇ ਅਤੇ ਬੰਦਾ ਵੀ ਹੋਰ ਸੀਗਾ, ਨਾ ਅੱਜ ਦਾ ਬੰਦਾ ਉਹ ਆ ਤਾਂ ਨਾ ਉਹ ਭੋਜਨ ਨੇ। ਸੋ ਹੁਣ ਪਹਿਲਾਂ ਜਿਹੜੀ ਗੱਲ ਬਾਰੇ ਤੁਸੀਂ ਕੋਈ ਨਿਰਣਾ ਕਰਨਾ ਚਾਹੁੰਦੇ ਹੋ, ਪਹਿਲੀ ਗੱਲ ਤਾਂ ਜਦੋਂ ਖਾਵਾਂਗੇ ਆਪਾਂ ਉਦੋਂ ਸਾਨੂੰ ਖਾਣ ਲੱਗਿਆ ਕਿ ਸਵਾਦ, ਮੰਨ ਲਓ ਤੁਸੀਂ ਮੂੰਗਫਲੀ ਗਰਮੀਆਂ ਖਾਣਾ ਚਾਹੋ ਕੀ ਹੋਊਗਾ, ਸਵਾਦ ਨਹੀਂ ਲੱਗਦੀ, ਇਹਦਾ ਮਤਲਬ ਸਰੀਰ ਨੂੰ ਨਹੀਂ ਚਾਹੀਦੀ ਜਾਂ ਘੱਟ ਚਾਹੀਦੀ ਹੈ। ਪਹਿਲਾਂ ਤਾਂ ਤੁਹਾਨੂੰ ਉੱਥੇ ਹੀ ਸਰੀਰ ਬੋਲੇਗਾ ਕਿ ਨਾ ਖਾ, ਸਵਾਦ ਦੇ ਲੈਵਲ 'ਤੇ ਤੁਹਾਨੂੰ ਸਵਾਦ ਹੀ ਲੱਗਣਗੇ। ਕੁਛ ਭੋਜਨ ਤੁਹਾਨੂੰ ਸਰਦੀਆਂ 'ਚ ਸਵਾਦ ਲੱਗਦੇ ਆ, ਗਰਮੀਆਂ 'ਚ ਨਹੀਂ ਲੱਗਦੇ, ਸਿਮਿਲਰਲੀ ਕੁਛ ਭੋਜਨ ਗਰਮੀਆਂ ਸਵਾਦ ਲੱਗਦੇ ਸਰਦੀਆਂ 'ਚ ਨਹੀਂ ਲੱਗਦੇ, ਇਹਦਾ ਮਤਲਬ ਉਹ ਗਰਮੀਆਂ ਦੇ ਭੋਜਨ ਨੇ ਸਰਦੀਆਂ ਦੇ ਭੋਜਨ। ਦੂਜੀ ਗੱਲ ਵਿੱਚ ਜੋ ਖਾਵਾਂਗੇ ਆਪਾਂ ਤਾਂ ਸਰੀਰ ਆਪਾਂ ਨੂੰ ਅੰਦਰੋਂ ਜਿਹੜੀ ਫੀਲਿੰਗ ਹੈ ਉਹ ਦੱਸੇਗੀ, ਜੋ ਖਾਣ ਤੋਂ ਬਾਅਦ ਮੈਨੂੰ ਕੋਈ ਬੈਡ ਫੀਲਿੰਗ ਆਉਂਦੀ ਹੈ, ਕੋਈ ਹਜ਼ਮ ਹੋਣ 'ਚ ਦਿੱਕਤ ਆਵੇ, ਕੋਈ ਪੇਟ ਡਿੱਕ ਹੁੰਦਾ ਹੋਵੇ, ਕੋਈ ਮੇਰੇ ਸਰੀਰ 'ਚ ਜ਼ਿਆਦਾ ਗਰਮੀ ਦੀ ਭਾਵਨਾ ਆਉਂਦੀ ਹੋਵੇ, ਉਹ ਫਿਰ ਉਹਨੂੰ ਮੰਨ ਲਓ, ਫਿਰ ਮੰਨੋ ਸੁਣੀ ਸੁਣਾਈ ਗੱਲ 'ਤੇ ਨਾ, ਸੁਣੀ ਸੁਣਾਈ ਗੱਲਾਂ ਦੇ ਬਹੁਤ ਸਾਰੀਆਂ ਗੱਲਾਂ ਜਿਹੜੇ ਉਹਦਾ ਉਹ ਚਲੇ ਆਉਂਦੇ ਜਿਹੜੇ ਅੱਗੇ ਉਹਦੇ 'ਤੇ ਕੋਈ ਕਿੰਤੂ ਗਲਤ ਨਹੀਂ ਕੀਤਾ ਕਿਸੇ ਨੇ, ਉਹਦੀ ਮਾਤਰਾ ਦਾ ਕੋਈ ਨਹੀਂ ਆਪਾਂ ਹਿਸਾਬ ਦਾ ਲਾਇਆ, ਸੋ ਉਹਨੂੰ ਟੈਸਟ ਕਰ ਲਓ ਆਪਣੇ ਆਪ 'ਤੇ, ਉਹ ਸਾਡਾ ਵਧੀਆ ਤਰੀਕਾ।
ਉਹ ਜਿਹੜੀ ਮਾਈਂਡਫੁਲ ਈਟਿੰਗ, ਮਾਈਂਡਫੁਲ ਈਟਿੰਗ ਅਗੇਂਸਟ ਦਾ ਲੱਗਦਾ। ਮਾਈਂਡਫੁਲ ਈਟਿੰਗ ਦਾ ਮਤਲਬ ਹੈ ਉਹ ਨਾ ਉਹਦੇ ਖਾ ਰਹੇ ਹੋ, ਉਹਦੇ ਨਾਲ ਗੱਲਾਂ ਵੀ ਕਰੀ ਜਾ ਰਹੇ ਹੋ, ਟੀ ਵੀ ਵੀ ਦੇਖੀ ਜਾ ਰਹੇ ਹੋ, ਆਲੇ ਦੁਆਲੇ ਉਹ ਡਿਸਟਰਬੈਂਸ ਬਹੁਤ ਜ਼ਿਆਦਾ ਹੋ ਰਹੀ ਹੈ, ਉਸ ਮਾਹੌਲ 'ਚ ਨਾ ਖਾਓ। ਜੇ ਤੁਸੀਂ ਇੱਕ ਸ਼ਾਂਤ ਮਾਹੌਲ 'ਚ ਸਿਰਫ ਭੋਜਨ 'ਤੇ ਕੇਂਦਰਿਤ ਕਰਕੇ ਧਿਆਨ ਆਪਾਂ ਖਾਓਗੇ ਤਾਂ ਤੁਹਾਨੂੰ ਬਹੁਤ ਕੁਛ ਬਾਡੀ ਆਪਣੇ ਆਪ ਮਿਲੇਗੀ, ਕੀ ਖਾ ਕੀ ਨਾ ਖਾ ਕਿੰਨਾ ਖਾ ਇਹ ਸਾਰਾ ਕੁਛ ਜਿਹੜੀ ਆਵਾਜ਼ ਅੰਦਰੋਂ ਆਉਂਦੀ ਰਹੇਗੀ ਨਾਲ ਦੀ ਨਾਲ ਹੀ। ਮਾਈਂਡ ਫੁਲੀਟਿੰਗ ਕਰਾਂਗੇ ਆਪਾਂ ਤਾਂ, ਅਗਰ ਮਾਈਂਡ ਫੁਲੀਟਿੰਗ ਨਹੀਂ ਕਰਾਂਗੇ ਤਾਂ ਓਵਰ ਈਟਿੰਗ ਵੀ ਤਾਂ ਹੀ ਹੁੰਦੀ ਹੈ, ਅਸੀਂ ਬੈਠੇ ਟੀ ਵੀ ਦੇਖੀ ਜਾ ਰਹੇ ਨਾਲ ਨਾਲ ਕੁਛ ਖਾਈ ਜਾ ਰਿਹਾ, ਧਿਆਨ ਸਾਡਾ ਟੀ ਵੀ 'ਚ ਹੈ ਪਰ ਉਹ ਸਾਡਾ ਇੱਕ ਰਿਲੈਕਸ ਬਣ ਗਿਆ ਵੀ ਮੂੰਹ 'ਚ ਪਾਈ ਜਾਣਾ ਅਤੇ ਅੱਗੇ ਜਾਈ ਜਾਣਾ। ਅਤੇ ਮਾਈਂਡ ਫੁਲੀਟਿੰਗ ਜਿਹੜੀ ਹੈ ਤਾਂ ਹੀ ਕਹਿੰਦੇ ਜਿਹਨੇ ਪੁਰਾਣੀ ਪਾਠਸ਼ਾਲੀ ਮਿਲਦੇ ਉਹ ਕਹਿੰਦੀ ਹੈ ਕਿ ਤੁਸੀਂ ਹੋਰ ਸਾਰੇ ਕੰਮ ਕਰਦੇ ਹੋ ਜੋ ਮਰਜ਼ੀ ਕਰ ਲਓ, ਟੀ ਵੀ ਦੇਖ ਲਓ ਕਰ ਲਓ, ਬੋਲੀ ਜਾਓ ਗੱਲਾਂ ਕਰੀ ਜਾਓ, ਖਾਣਾ ਖਾਣ ਲੱਗਿਆ ਨਾ ਤਾਂ ਗੱਲਾਂ ਕਰੋ ਕਿਸੇ ਨਾਲ, ਨਾ ਟੀ ਵੀ ਦੇਖੋ, ਨਾ ਕੋਈ ਕੋਈ ਕੁਛ ਦੀ ਵੱਡੀ ਇੱਧਰ ਉੱਧਰ ਧਿਆਨ ਨਹੀਂ ਜਾਣਾ ਚਾਹੀਦਾ ਤੁਹਾਡਾ ਧਿਆਨ, ਤਾਂ ਹੀ ਉਹ ਲੋਕ ਸਾਡੇ ਪੁਰਖਿਆਂ ਨੇ ਜੁੜੇ ਹੋਏ ਸੀ ਵੀ ਉਹ ਖਾਸ ਖਾਸ ਕਿਰਿਆਵਾਂ ਕਰਦੇ ਸੀਗੇ, ਕੋਈ ਪਾਣੀ ਛਿੜਕਦਾ ਸੀ ਆਲੇ ਦੁਆਲੇ, ਕੋਈ ਮੱਥਾ ਟੇਕਦਾ ਸੀਗਾ, ਸਾਡੇ ਵੀ ਅਰਦਾਸ ਕਰਦੇ ਸੀਗੇ ਖਾਣਾ ਖਾਣ ਤੋਂ ਪਹਿਲਾਂ, ਹੋਰ ਅਰਦਾਸ ਸੀ ਖਾਣਾ ਖਾਣ ਤੋਂ ਬਾਅਦ ਧੰਨਵਾਦ ਦੀ ਅਰਦਾਸ ਸੀਗੀ, ਉਹ ਸਾਰਾ ਇਸੇ ਕਰਕੇ ਸੀਗਾ ਕਿ ਮਾਈਂਡਫੁਲ ਈਟਿੰਗ ਰਹੇ ਕਿਉਂਕਿ ਸਾਡਾ ਧਿਆਨ ਦਾ ਕੇਂਦਰ ਖਾਣੇ 'ਤੇ ਰਹੇ। ਖਾਣਾ ਉਹ ਚੀਜ਼ ਹੈ ਜਿਹਨੇ ਸਾਨੂੰ ਜਿਹਦੇ ਦਿਨ 'ਚ ਤਿੰਨ ਵਾਰੀ ਚਾਰ ਵਾਰੀ ਖਾਣੋਂ 24 ਘੰਟੇ ਸਾਡਾ ਕੰਮ ਕਰਨਾ, ਖਾਣਾ ਸਭ ਤੋਂ ਸਾਡੇ ਲਈ ਜ਼ਰੂਰੀ ਹੈ, ਇਸ ਕਰਕੇ ਕੋਈ ਮਾਈਂਡਫੁਲ ਈਟਿੰਗ ਹੈ ਉਹਦੇ ਕੋਲ ਧਿਆਨ 'ਚ ਰੱਖਣਾ। ਔਰ ਜੇ ਤੁਸੀਂ ਪੁਰਾਣੇ ਕੋਈ ਧਾਰਮਿਕ ਰੀਤੀ ਰਸਮਾਂ ਨੂੰ ਨਾਲ ਜੁੜੇ ਹੋਏ ਆ ਤਾਂ ਉਹ ਨਾਲ ਜੋੜ ਲਓ ਭੋਜਨ ਦੇ, ਜਾਂ ਸਾਇੰਟਿਫਿਕ ਹੋ ਤਾਂ ਇਹ ਸੋਚ ਕੇ ਜੋੜੋ ਵੀ ਖਾਣਾ ਖਾਣ ਲੱਗਿਆ ਤਾਂ ਸਾਡਾ ਧਿਆਨ ਬਹੁਤ ਜ਼ਿਆਦਾ ਤੁਸੀਂ ਹੋਰ ਪਾਸੇ ਹੋਏਗਾ ਤਾਂ ਉਹਦੇ ਨਾਲ ਨਾ ਤਾਂ ਖਾਣਾ ਹਜ਼ਮ ਹੋਏਗਾ, ਨਾ ਖਾਣਾ ਵਧੀਆ ਖਾਇਆ ਜਾਏਗਾ ਔਰ ਗਲਤ ਮਤ ਖਾਇਆ ਜਾਏਗਾ, ਇਸ ਕਰਕੇ ਮਾਈਂਡਫੁਲ ਈਟਿੰਗ ਦਾ ਵੀ ਖਿਆਲ ਰੱਖਣਾ। ਸਰੋਂ ਇੱਕ ਤਰ੍ਹਾਂ ਦੀ ਨਹੀਂ ਹੈ, ਸਰੋਂ ਅਮਰੀਕਾ 'ਚ ਘੱਟੋ ਵੀ 50-60-70 ਤਰ੍ਹਾਂ ਦੀ ਸਰੋਂ ਹੈ ਜਿਹੜੀ ਪੂਰੇ ਇੰਡੀਆ 'ਚ ਹੈਗੀ ਹੈ। ਆਪਾਂ ਕਹਿੰਦੇ ਜੀ ਕੋਈ ਚੌਲ ਨੂੰ ਚੌਲ ਮੁੱਲ, ਚੌਲਾਂ ਦੀ ਪਤਾ ਕਿੰਨੀਆਂ ਵਰਾਇਟੀਆਂ ਨੇ ਇੰਡੀਆ ਦੇ ਅੰਦਰ ਹੀ, ਹਜ਼ਾਰਾਂ 'ਚ ਹਜ਼ਾਰਾਂ ਕਿਸਮਾਂ ਦੇ ਚੌਲ ਨੇ, ਪ੍ਰੈਗਨੈਂਸੀ ਦੇ ਔਰ ਪ੍ਰੈਗਨੈਂਟ ਔਰਤ ਵਾਸਤੇ ਹੋਰ ਚੌਲ ਨੇ, ਸ਼ੂਗਰ ਵਾਲਿਆਂ ਵਾਸਤੇ ਹੋਰ ਚੌਲ ਨੇ, ਮੋਟਾਪੇ ਵਾਲਿਆਂ ਵਾਸਤੇ ਹੋਰ ਚੌਲ ਨੇ, ਅਲੱਗ ਅਲੱਗ ਇਸੇ ਤਰ੍ਹਾਂ ਸਰੋਂ ਕਿੰਨੀਆਂ ਹੀ ਨੇ, ਉਹਦਾ ਟੇਸਟ ਵੀ ਅਲੱਗ ਅਲੱਗ ਨੇ, ਰੰਗ ਵੀ ਅਲੱਗ ਅਲੱਗ ਨੇ। ਸਭ ਤੋਂ ਉੱਤਮ ਦੇਸੀ ਹੋਊਗੀ, ਦੇਸੀ ਕੁਦਰਤੀ ਸਾਡੇ ਸਾਹਮਣੇ ਢਲੀ ਹੋਈ ਹੈ, ਉਹ ਭੋਜਨ ਸਭ ਤੋਂ ਉੱਤਮ ਦਾ ਉਸ ਏਰੀਏ ਦਾ ਲੋਕਲ ਭੋਜਨ ਹੈ, ਕਿਉਂਕਿ ਉਹ ਸਾਡੇ ਪੁਰਖੇ ਅੱਧ ਤੋਂ ਖਾਂਦੇ ਸੀਗੇ, ਉਹਦੇ ਉਹਦਾ ਸਰੀਰ ਸਾਡਾ ਸਰੀਰ ਉਹਦੇ ਨਾਲ ਉਹਦੀ ਟਿਊਨਿੰਗ ਹੋ ਜਾਂਦੀ ਹੈ। ਉਹ ਦੇਸੀ ਖਾਵਾਂਗੇ, ਦੇਸੀ ਦਾ ਜਿਹੜਾ ਬਿਲਕੁਲ ਹੀ ਵੱਖਰਾ ਸਵਾਦ ਹੋਏਗਾ, ਵੱਖਰੇ ਹਜ਼ਮ ਹੋਣ ਦਾ ਤਰੀਕਾ ਹੋਏਗਾ, ਜੋ ਉਹ ਭਾਂਤ ਭਾਂਤ ਦਾ ਕਿਤੋਂ ਹੋਰ ਦਾ ਹੋਏਗਾ ਤਾਂ ਉਹ ਜੈਨੇਟਿਕਲੀ ਮੋਡੀਫਾਈ ਟੈਗ ਆ ਗਏ, ਸਾਡੇ ਵੀ ਕੋਸ਼ਿਸ਼ ਕੀਤੀ ਇਸ ਕਰ ਰਹੇ ਸੀਗੇ ਜੈਨੇਟਿਕਲੀ ਮੋਡੀਫਾਈ ਕਰਨੀ, ਸਰ ਅਸੀਂ ਬਹੁਤ ਵਧੀਆ ਰਹੀ, ਜਿੰਦਾਬਾਦ ਮੁਰਦਾਬਾਦ ਬੜੀ ਹੋਈ, ਬੈਂਗਲ 'ਤੇ ਹੋਈ ਅਤੇ ਸਰੋਂ 'ਤੇ ਹੋਈ, ਮੈਨੂੰ ਯਾਦ ਹੈ ਜਦੋਂ ਅਸੀਂ ਉਹ ਸਰੋਂ 'ਤੇ ਕੱਢਿਆ ਸੀਗਾ ਅੱਜ ਰੂਸ ਬਠਿੰਡੇ 'ਚ, ਸਾਡਾ ਨਾਰਾ ਕੀ ਸੀਗਾ, ਹੋ ਗਿਆ ਹਮਲਾ ਸਰੋਂ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ 'ਤੇ, ਮੱਕੀ ਨੂੰ ਵੀ ਜੈਨੇਟਿਕਲੀ ਮੋਡੀਫਾਈ ਕਰ ਰਹੇ ਹਾਂ ਅਤੇ ਸਰੋਂ ਨੂੰ ਵੀ। ਸਾਡਾ ਜਿਹੜਾ ਸਭ ਤੋਂ ਫੇਵਰੇਟ ਪੰਜਾਬੀਆਂ ਦਾ ਪੂਰੀ ਦੁਨੀਆਂ 'ਚ ਮਸ਼ਹੂਰ ਮੱਕੀ ਦੀ ਰੋਟੀ ਸਰੋਂ ਦਾ ਸਾਗ, ਦੋਨੋਂ ਵੀ ਜੈਨੇਟਿਕਲੀ ਮੋਡੀਫਾਈ ਕਰਤਾ ਜਾ ਕੇ, ਜੈਨੇਟਿਕਲੀ ਮੋਡੀਫਾਈ ਕਰਨ ਨਾਲ ਉਹ ਸ਼ਕਲ ਹੀ ਹੋਈ ਹੈ ਬਸ, ਅੰਦਰੋਂ ਤਾਂ ਬਿਲਕੁਲ ਸਰੋਂ ਦੇ ਤੇਲ ਦੇ ਵਿੱਚ ਸਬਜ਼ੀ ਬਣਾਈ,
ਔਰ ਉਹਦੇ ਉੱਪਰੋਂ ਦੀ ਫਿਰ ਜਿਸ ਤਰ੍ਹਾਂ ਦੇਸੀ ਘੀ ਪਾਉਂਦੇ ਹੈ ਤਾਂ ਕੋਈ ਉਹ ਨੁਕਸਾਨ ਤਾਂ ਨਹੀਂ ਸਰੋਂ ਦਾ ਔਰ ਦੇਸੀ ਘੀ ਦਾ ਬਹੁਤ ਪਿੱਛੇ ਰੱਖ ਕੇ ਥੋੜੇ ਥੋੜੇ ਇੱਥੇ ਆ ਜਾਓ, ਇੱਥੇ ਨੇੜੇ ਆ ਜਾਂਦੇ, ਇੱਧਰ ਆ ਜਾਓ ਇਸ ਸਾਈਡ 'ਤੇ। ਸੋ ਫੋਨ ਆਪਾਂ ਆਉਂਦੇ ਹਾਂ ਜਿਹੜਾ ਹੈ ਥੋੜ੍ਹਾ ਮਤਲਬ ਉਹ ਉਹਨੂੰ ਰੂਟ ਸਪੀਟ ਕਰਦੇ ਆਪਾਂ ਨੇ ਕਿ ਜਿਹੜੀ ਗਲੂਕੋਸ ਹੈ ਕਾਰਬੋਹਾਈਡਰੇਟ ਜਿਹੜੇ ਨੇ ਸਾਡੇ ਊਰਜਾ ਵਾਸਤੇ ਨੇ, ਕਾਰਬੋਹਾਈਡਰੇਟ ਜਿਹੜੇ ਊਰਜਾ ਵਾਸਤੇ, ਕਾਰਬੋਹਾਈਡਰੇਟ ਮਤਲਬ ਸਭ ਤੋਂ ਕਾਰਬੋਹਾਈਡਰੇਟ ਦੀ ਕਿਹੜੀ ਸ਼ਕਲ ਹੈ, ਜਿੰਨੇ ਮਿੱਠੇ ਮਿੱਠੀਆਂ ਚੀਜ਼ਾਂ ਨੇ ਇਹ ਸਾਡੇ ਕਾਰਬੋਹਾਈਡਰੇਟ ਨੇ ਚੀਨੀ ਵਾਲੇ। ਫਿਰ ਤੁਹਾਡੇ ਅਨਾਜ, ਆਲੂ, ਸਟਾਰਚ ਟਾਈਪ ਸਟਾਰਚ ਦੀਆਂ ਇਹ ਸਾਰੇ ਕੀ ਨੇ, ਕਾਰਬੋਹਾਈਡਰੇਟਸ ਨੇ। ਕਾਰਬੋਹਾਈਡਰੇਟਸ ਜਿਹੜੇ ਨੇ ਇਹ ਊਰਜਾ ਵਾਸਤੇ ਨੇ,